शीतल राग है राग है मल्हार शीतल Yeah.
ਸ਼ਬਦ ਦਾ ਕਮਾਲ ਦੇਖੋ, ਜੀਵ ਆਤਮਾ ਦੀ ਮਨੋਸਥਿਤੀ ਦਾ ਵਰਣਨ ਕੀਤਾ ਕਿ ਇਸ ਸੰਸਾਰ ਦੇ ਵਿੱਚ ਜਿਹੜਾ ਸਾਡਾ ਮਨ ਹੈ ਨਾ, ਉਹ ਭ੍ਰਮ ਦੇ ਘਣੇ ਜੰਗਲ ਦੇ ਵਿੱਚ ਵਿਚਰ ਰਿਹਾ। ਜਦੋਂ ਸਾਨੂੰ ਕਲੈਰਿਟੀ ਨਹੀਂ ਹੁੰਦੀ ਨਾ, ਉਸ ਸਥਿਤੀ ਦਾ ਵਰਣਨ ਮਾ
Bedan maa
ਸਾਨੂੰ
ਨਾਨਕ ਨੈ ਬ੍ਰਹਮ ਬਣੈ। ਫਲ ਕੀ ਹੈ? ਭਜ ਸਰਨ ਸਾਧੂ ਨਾਨਕਾ ਮਿਲ ਗੁਣ ਗੋਬਿੰਦ ਹੈ ਗਾਏ। ਸੋ ਜੋ ਤੁਸੀਂ ਕਰ ਰਹੇ ਹੋ ਤੇ ਸਾਧ ਸੰਗਤ ਵਿੱਚ ਆ ਕੇ ਤੁਸੀਂ ਸਾਰੇ ਸ਼ਬਦ ਦੇ ਵਿਚਾਰ ਵੀ ਸੁਣਦੇ ਹੋ, ਕੀਰਤਨ ਵੀ ਸੁਣਦੇ ਹੋ, ਪਰ ਰਾਗ ਰਤਨ ਗੁਰਮਤਿ ਸੰਗੀਤ ਦਰਬਾਰ ਦਾ ਇਹ ਮਕਸਦ ਹੈ ਕਿ ਅਸੀਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਆਪਣੀ ਸਾਂਝ ਪਾ ਸਕੀਏ। ਇਸੇ ਨੂੰ ਮੱਦੇਨਜ਼ਰ ਰੱਖ ਕੇ ਹਰ ਸਾਲ ਕੀਰਤਨ ਲਈ ਨਵਾਂ ਪ੍ਰਕਰਨ ਚੁਣ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਸਾਰੇ ਕੀਰਤਨੀਏ ਤੁਹਾਡੇ ਚਰਨ ਪਰਸੀਏ। ਵੈਸੇ ਤਾਂ ਅਸੀਂ ਹੁਣ ਤੁਹਾਡੇ ਤੋਂ ਬਾਹਰੇ ਨਹੀਂ, ਤੁਹਾਡੇ ਕੀਰਤਨੀਏ ਤੁਹਾਡਾ ਅੰਗ ਨੇ, ਤੁਹਾਡੀ ਫੈਮਿਲੀ ਨੇ, ਤੁਸੀਂ ਸਾਡੇ ਹੋ। ਔਰ ਅਸੀਂ ਇਹਨਾਂ ਪਿਆਰੇ ਪਿਆਰੇ ਵਿਦਿਆਰਥੀਆਂ ਲਈ, ਕੋਈ ਉੱਥੇ ਬੈਠਾ ਗਾ ਰਿਹਾ, ਬਹੁਤ ਸਾਰੇ ਬੱਚੇ ਤੇ ਸਾਡੇ ਆਪਣੇ ਗੋਡਿਆਂ 'ਤੇ ਤਬਲਾ ਵਜਾ ਰਹੇ ਨੇ ਆਪਣੇ ਵੱਡਿਆਂ ਨੂੰ ਵੇਖ ਕੇ ਕਿ ਕਿਸ ਤਰ੍ਹਾਂ ਇਹ ਗਾ ਰਹੇ ਨੇ। ਪਿੱਛੇ ਤੁਸੀਂ ਵੇਖਦੇ ਹੋ ਰਬਾਬ ਵਾਲੇ, ਕਾਊਸ ਵਾਲੇ, ਅਰਜਨਵੀਰ ਸਿੰਘ ਬੈਠੇ ਨੇ, ਇਹਨਾਂ ਦੇ ਲਈ ਜਕਾਰਾ ਦਰਸ਼ਨ ਇਸ ਨੇ ਬਾਬਾ ਬਰਜਿੰਦਰ ਸਿੰਘ ਜੀ ਔਰ ਉਹਨਾਂ ਦੀ ਅਸੀਸ ਦੇ ਨਾਲ ਦਾਸ ਕੋਲੋਂ ਸਿੱਖ ਕੇ 31 ਰਾਗ 12 ਸਾਲ ਦੀ ਉਮਰ ਦੇ ਵਿੱਚ ਗਾ ਕੇ ਸਟੂਡੀਓ ਰਿਕਾਰਡਿੰਗ ਕਰਾਈ ਔਰ ਦਰਬਾਰ ਸਾਹਿਬ ਭੇਟ ਕੀਤਾ ਔਰ ਅਕਾਲ ਤਖ਼ਤ ਸਾਹਿਬ ਦੇ ਉੱਪਰ ਜਿੱਥੇ ਹੁਣ ਸਾਰੇ ਰਿਕਾਰਡਿੰਗ ਹੋ ਰਹੀ ਹੈ, ਕੱਟ ਦੇਣਗੇ ਇਹ ਵਿੱਚੋਂ, ਜਿੱਥੇ ਸਾਰੇ ਹੁਣ ਚਿੱਠੀਆਂ ਅਤੇ ਚਿੱਠੀਆਂ ਜਾ ਰਹੀਆਂ ਨੇ ਪੰਥ ਦੀਆਂ, ਉੱਥੇ ਬੈਠ ਕੇ ਜਥੇਦਾਰ ਸਾਹਿਬ ਦੇ ਨਾਲ ਇਹ ਬੱਚਾ ਰਬਾਬ ਦੇ ਉੱਪਰ ਤੁਹਾਡੀ US ਤੋਂ ਇਹ ਤੁਹਾਡੀ ਪ੍ਰਾਪਤੀ ਹੈ, ਇਸ ਗੁਰੂ ਘਰ ਦੀ ਪ੍ਰਾਪਤੀ ਹੈ, ਤੁਹਾਡੇ ਸਾਰੇ ਗੁਰੂ ਘਰਾਂ ਦੀ ਪ੍ਰਾਪਤੀ ਹੈ ਕਿ ਇੱਥੋਂ ਬੱਚਾ ਜਾ ਕੇ ਉੱਥੇ ਜਾ ਕੇ ਉਹਨਾਂ ਨੂੰ ਦੱਸ ਆਇਆ ਕਿ ਸ਼ਬਦ ਨਾਲ ਜੁੜੋ ਭਾਈ, ਕਿਹੜੇ ਪਾਸੇ ਜਾ ਰਹੇ ਹੋ, ਗੁਰੂ ਦੀ ਬਾਣੀ ਨਾਲ ਜੁੜੋ। ਜੇ 12 ਸਾਲ ਦੀ ਉਮਰ ਦੇ ਵਿੱਚ ਇਹ ਬੱਚਾ 31 ਰਾਗ ਗਾ ਸਕਦਾ ਹੈ ਤਾਂ ਫਿਰ ਕੀਰਤਨੀਏ ਕਿਉਂ ਨਹੀਂ ਗਾ ਸਕਦੇ? ਦਰਬਾਰ ਸਾਹਿਬ ਦੀ ਕੀਰਤਨ ਪਰੰਪਰਾ ਕਿਉਂ ਨਹੀਂ ਮੁੜ ਕੇ ਰਿਵਾਈਵ ਹੋ ਸਕਦੀ? ਇਹ ਇੱਕ ਕਿਸਮ ਦੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ, ਇਲਜ਼ਾ ਕੀਤੀ ਹੈ, ਇੱਕ ਇਗਜ਼ਾਮਪਲਰੀ ਕੰਮ ਕੀਤਾ। ਤਾਂ ਇਹ ਪ੍ਰਾਪਤੀ ਤੁਹਾਡੀ ਹੈ, ਆਹ ਪ੍ਰਾਪਤੀ ਵੀ ਤੁਹਾਡੀ ਹੈ ਕਿ 8ਵਾਂ ਤੁਸੀਂ ਸਕਸੈਸਫੁਲੀ ਸਾਰੇ ਹੈਲਪ ਕਰਦੇ ਹੋ, ਆਪਣੀ ਅਸੀਸ ਦਿੰਦੇ ਹੋ, ਸਮਾਂ ਕੱਢ ਕੇ ਆਉਂਦੇ ਹੋ। ਦੂਰੋਂ ਦੂਰੋਂ ਮੈਂ ਦੇਖ ਰਿਹਾ, ਬਹੁਤ ਦੂਰ ਦੂਰ ਤੋਂ ਸੰਗਤ ਆਈ ਹੈ ਅੱਜ ਫਰਾਈਡੇ ਦੇ ਦਿਨ ਔਰ ਸਾਨੂੰ ਨਿਵਾਜ ਰਹੇ ਹੋ। ਆਓ ਇੱਕ ਸ਼ਬਦ ਦਾ ਹੋਰ ਗਾਨ ਕਰਾਂਗੇ। ਅੱਜ ਕੱਲ੍ਹ ਕਿਹਾ ਜਾਂਦਾ ਹੈ ਕਿ ਆਪਣੀ ਕੰਪੋਜੀਸ਼ਨ ਬਣਾ ਕੇ ਕਿਸੇ ਗਜ਼ਲ ਕਿਸੇ ਗੀਤ ਉੱਤੇ ਲਾ ਕੇ ਸਾਡੇ ਪਿਆਰੇ ਪਿਆਰੇ ਕੀਰਤਨੀਏ ਜਿਨ੍ਹਾਂ ਦੇ ਬਹੁਤ ਸੁਰੀਲੇ ਗਲੇ ਚੱਲਦੇ ਨੇ, ਬਹੁਤ ਵਧੀਆ ਗਾਉਂਦੇ ਨੇ, ਬੜੀਆਂ ਮਿੱਠੀਆਂ ਆਵਾਜ਼ਾਂ ਨੇ, ਫਿਰ ਉਹ ਕਹਿ ਦਿੰਦੇ ਨੇ ਕਿ ਜੇ ਉਹਨਾਂ ਨੂੰ ਕਹੋ ਕਿ ਰਾਗ 'ਚ ਗਾਓ ਤਾਂ ਕਹਿੰਦੇ ਨੇ ਅਸੀਂ ਰੀਤ ਗਾ ਰਹੇ ਹਾਂ। ਅਤੇ ਰੀਤ ਕੀ ਹੁੰਦੀ ਹੈ? ਗੁਰਮਤਿ ਸੰਗੀਤ ਦੇ ਵਿੱਚ ਰੀਤ ਹੈ ਜੋ ਸਾਡੇ ਬਜ਼ੁਰਗ ਕੀਰਤਨੀਆਂ ਨੇ, ਰਾਗਾਤਮਕ, ਉਹ ਵੀ ਰਾਗ ਤੋਂ ਬਾਹਰ ਹੀ ਨਹੀਂ ਹੁੰਦੀ। ਫਿਰ ਅਸੀਂ ਆਮ ਸੁਣਿਆ ਹੈ ਕਿ ਹੁਣ ਜਦੋਂ ਜ਼ਿਆਦਾ ਪ੍ਰਚਾਰ ਪ੍ਰਸਾਰ ਹੋਣ ਲੱਗ ਪਿਆ ਤਾਂ ਕਹਿੰਦੇ ਨੇ ਕਿ ਸਾਡੇ ਸਾਰੇ ਸ਼ਬਦ ਰਾਗ 'ਚ ਹੀ ਹੁੰਦੇ ਨੇ, ਪਰ ਉਹ ਰਾਗ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਹੈ ਕਿ ਨਹੀਂ, ਇਹ ਵੇਖਣ ਵਾਲੀ ਗੱਲ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਰਾਗ ਨਹੀਂ ਗਾਵਾਂਗੇ ਤਾਂ ਸਾਨੂੰ ਭੁੱਲ ਜਾਣਗੇ,
ਫਿਰ ਲਿਖੇ ਰਹਿ ਰਜਾ ਰਣਗੇ ਕੇ ਸੂਰਨ ਕਦੇ ਹੁੰਦਾ ਸੀ ਧਨਾਸਰੀ ਸੀ। ਮੈਂ ਅੱਜ ਸੋਚ ਰਿਹਾ ਸੀ ਕਿ ਅਸੀਂ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਨੇ, ਅਸੀਂ ਕਿਹੜਾ ਸ਼ਬਦ ਵਰਤਦੇ ਹਾਂ ਅੰਗ, ਅਤੇ ਅਗਰ ਅੰਗ ਨੇ ਤਾਂ ਹਰ ਸ਼ਬਦ ਦੀ ਇੱਕ ਆਪਣੀ ਆਈਡੈਂਟੀ ਹੈ, ਹਰ ਸ਼ਬਦ ਦੀ ਆਪਣੀ ਆਈਡੈਂਟੀ ਹੈ, ਹਰ ਸ਼ਬਦ ਆਪਣੇ ਆਪ 'ਚ ਸੰਪੂਰਨ ਹੈ। ਗੁਰੂ ਪਾਤਸ਼ਾਹ ਨੇ ਉਸ ਘਾਟਵਾਦ ਦੀ ਕੋਈ ਗੁੰਜਾਇਸ਼ ਨਹੀਂ ਛੱਡੀ, ਉਸ ਦੇ ਵਿੱਚ ਸਾਨੂੰ ਰਾਗ ਵੀ ਦੇ ਦਿੱਤਾ, ਉਸ ਵਿੱਚ ਰਹਾਓ ਵੀ ਦੇ ਦਿੱਤਾ। ਅੰਕਿਤ ਗੁਰੂ ਸਾਹਿਬ ਨੇ ਕਰਵਾਇਆ ਨਾ, ਅਸੀਂ ਆਪ ਤਾਂ ਨਹੀਂ ਕੀਤਾ। ਹੁਣ ਉਹਦੇ ਵਿੱਚੋਂ ਸ਼ਬਦ ਦੇ ਨਾਲੋਂ, ਉਸ ਅੰਗ ਦੇ ਵਿੱਚ ਲਿਖੇ ਸ਼ਬਦ ਦੇ ਨਾਲੋਂ ਕੋਈ ਰਾਗ ਪਰੇ ਰੱਖ ਦੇਵੇ, ਕੋਈ ਰਹਾਉ ਨੂੰ ਪਰੇ ਰੱਖ ਦੇਵੇ, ਕੋਈ ਅੰਕ ਨੂੰ ਪਰੇ ਰੱਖ ਦੇਵੇ, ਉਸਦੇ ਮੀਨਿੰਗ ਨਾ ਸਮਝੇ ਕਿ ਕਿਉਂ ਇਹ ਸਾਇੰਸ ਦੇ ਸਿੰਬਲਸ ਗੁਰੂ ਪਾਤਸ਼ਾਹ ਨੇ ਨਾਲ ਅੰਕਿਤ ਕੀਤੇ ਨੇ, ਅਤੇ ਉਹਨਾਂ ਨੂੰ ਇੰਪਲੀਮੈਂਟ ਨਾ ਕਰੇ ਸ਼ਬਦ ਨੂੰ ਗਾਇਨ ਲਈ ਜਾਂ ਉਸਦੀ ਵਿਆਖਿਆ ਦੇ ਲਈ ਜਾਂ ਉਸਦੇ ਅਰੇਂਜਮੈਂਟ ਨੂੰ ਦਰਸਾਉਣ ਦੇ ਲਈ, ਅਤੇ ਫਿਰ ਅਰਥ ਦਾ ਅਨਰਥ ਵੀ ਹੋਏਗਾ, ਮਨਮਤ ਵੀ ਹੋਏਗੀ ਔਰ ਗੁਰਮਤ ਤੋਂ ਵੀ ਅਸੀਂ ਪਰੇ ਜਾਵਾਂਗੇ। ਪਿਛਲੇ ਦਿਨਾਂ ਦੇ ਵਿੱਚ ਹੁਣੇ ਸ਼ਾਇਦ ਸਿੰਘ ਸਾਹਿਬ ਆਉਣਗੇ, ਗਿਆਨੀ ਰਘਵੀਰ ਸਿੰਘ ਜੀ, ਰਣਜੀਤ ਸਿੰਘ ਜੀ, ਅਤੇ ਉੱਥੇ ਚੱਲਿਆ ਸੀ ਕਿ ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਉਹ ਕੰਪੋਜੀਸ਼ਨ ਇੱਕ ਰੀਤ ਹੈ, ਪੁਰਾਣੀ ਰੀਤ ਹੈ, ਤਾਂ ਮੇਰੇ ਮਨ 'ਚ ਆਇਆ ਕਿ ਮੈਂ ਉਸਦਾ ਗਾਇਨ ਕਰਾਂ। ਉਹ ਕੈਸੀ ਸੀ ਔਰ ਸਾਰੇ ਰਾਗੀ ਗਾਉਂਦੇ ਰਹੇ। ਤੁਹਾਨੂੰ ਪਤਾ ਹੈ ਕਿ ਰਾਗੀਆਂ ਦੀ ਟ੍ਰੈਡੀਸ਼ਨ ਗੁਰੂ ਕਾਲ ਤੋਂ ਹੀ ਚੱਲਦੀ ਸੀ। ਸਾਡੇ ਬਜ਼ੁਰਗ ਵੀ ਗਾਉਂਦੇ ਸੀ ਔਰ ਅੱਜ ਵੀ ਪਾਕਿਸਤਾਨ ਤੋਂ ਭਾਈ ਗੁਲਾਮ ਅਹਿਮਦ ਚਾਂਦ ਜਦੋਂ ਸਾਡੇ ਕੋਲ ਪੰਜਾਬੀ ਯੂਨੀਵਰਸਿਟੀ ਆਏ ਤੇ ਉਹਨਾਂ ਨੇ ਇਹ ਸਾਨੂੰ ਭਾਈ ਚਾਂਦ ਹੋਰਾਂ ਦੇ ਨਾਮ ਤੇ, ਕਿ ਉਹ ਵੀ ਗਾਉਂਦੇ ਹੁੰਦੇ ਸੀ, ਇਹ ਰੀਤ ਸੁਣਾਈ ਰਾਗ ਆਸਾ ਵਿੱਚ। ਹਰ ਕਾਬੇ ਲੋਵਨਾ
ਪਾਈ
ਦੇ ਪਾਏ ਹਰ ਕਾ ਕਰ ਮਟੂ
ਤਨ ਕਰ
याद पावे अमृत धारा। कहो कबीर कबीर कहो कहो कबीर कहो कबीर कबीर कहो कबीर नदर करे जमीना कहो कबीर नदर करे नदर करे जे मीरा कहो कबीर 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 नदर करे जे मीरा जे मीरा की हो या फिर राम नाम लगी उतने
ਸੇਵਾ ਪ੍ਰਵਾਨ ਕਰੋ ਜੀ। ਅਸੀਂ ਵੀ ਸਾਰੇ ਕੀਰਤਨੀਆਂ ਨੂੰ ਬੇਨਤੀ ਕਰਦੇ ਹਾਂ ਉਹਨਾਂ ਦੇ ਚਰਨਾਂ ਦੇ ਵਿੱਚ ਸੀਸ ਰੱਖ ਕੇ। ਇਹ ਰਾਗ ਰਤਨ ਗੁਰਮਤਿ ਸੰਗੀਤ ਅਕੈਡਮੀ ਨੇ ਜੋ ਇਹ ਪ੍ਰਾਰੰਭ ਕੀਤਾ ਹੈ ਸਿਲਸਿਲਾ, ਦੇਖੋ ਕੀਰਤਨ ਦੀਆਂ ਬਹੁਤ ਸਾਰੀਆਂ ਸ਼ੈਲੀਆਂ ਨੇ। ਅਖੰਡ ਕੀਰਤਨੀ ਜਥੇ ਦੀ ਆਪਣੀ ਸ਼ੈਲੀ ਹੈ, ਸੰਤਾਂ ਮਹਾਂਪੁਰਖਾਂ ਦੀ ਆਪਣੀ ਸ਼ੈਲੀ ਹੈ, ਸਾਰੀਆਂ ਹੀ ਗੁਰਮਤਿ ਦੀਆਂ ਧਾਰਨੀ ਨੇ। ਗੁਰੂ ਪਾਤਸ਼ਾਹ ਨੇ ਸਾਨੂੰ ਬਹੁਤ ਸਾਰੀਆਂ ਕੀਰਤਨ ਦੀਆਂ ਪ੍ਰਣਾਲੀਆਂ ਦਿੱਤੀਆਂ ਨੇ, ਔਰ ਗੁਰਮਤ ਗੁਰੂ ਦਾ ਮਤ, ਜਿੰਨਾ ਅਸੀਂ ਕਲੋਜ਼ ਜਾਵਾਂਗੇ ਗੁਰੂ ਦੇ ਉਸ ਮਤ ਦੇ, ਉਹਨਾਂ ਉਹਦੀਆਂ ਖੁਸ਼ੀਆਂ ਪਾਵਾਂਗੇ। ਔਰ ਉਹ ਮਤ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਮੁੱਖ ਰਾਗ ਨੇ, ਰਾਗ ਪ੍ਰਕਾਰ ਨੇ, ਫਿਰ ਬਾਣੀ ਦੇ ਰੂਪ ਨੇ, ਅਤੇ ਬਾਣੀ ਦੇ ਰੂਪਾਂ ਨੂੰ ਗਾਉਣ ਦੇ ਵੱਖ ਵੱਖ ਢੰਗ ਗੁਰੂ ਸਾਹਿਬ ਨੇ ਗੁਰੂ ਕਾਲ ਤੋਂ ਸਾਨੂੰ ਦਿੱਤੇ ਨੇ, ਉਸ ਆਧਾਰ 'ਤੇ ਕੀਰਤਨ ਚੌਕੀਆਂ ਬਣਾਈਆਂ ਨੇ। ਸੋ ਆਓ, ਅਗਰ ਕੋਈ ਜਾਣਕਾਰ ਹੋਵੇ ਮੈਡੀਸਨ ਦਾ, ਉਹ ਗਲਤ ਮੈਡੀਸਨ ਦੇਵੇ ਤਾਂ ਉਹ ਜ਼ਿਆਦਾ ਕਸੂਰਵਾਰ ਹੈ। ਅਤੇ ਮੇਰੇ ਵਰਗਾ ਉਸਨੂੰ ਨਾ ਪਤਾ ਹੋਵੇ ਸਾਲਟ ਦਾ ਅਤੇ ਮੈਡੀਸਨ ਦੇ ਦੇਵੇ ਗਲਤ, ਅਤੇ ਉਸਦਾ ਗੁਨਾਹ ਨਹੀਂ ਮੰਨਿਆ ਜਾਏਗਾ। ਪਰ ਅਗਰ ਕੋਈ ਡਾਕਟਰ ਹੈ ਨਾ, ਅਤੇ ਉਹਨੇ ਪੜ੍ਹਿਆ ਹੋਇਆ ਮੈਡੀਕਲ ਪ੍ਰੋਫੈਸ਼ਨ ਵਿੱਚ, ਅਗਰ ਉਹ ਮੈਡੀਸਨ ਗਲਤ ਦੇ ਦੇਵੇ ਤਾਂ ਫਿਰ ਉਹ ਕਦੇ ਵੀ ਬਖਸ਼ਿਆ ਨਹੀਂ ਜਾ ਸਕਦਾ। ਸੋ ਕੀਰਤਨੀਆਂ ਨੂੰ ਵੀ ਬੇਨਤੀ ਹੈ ਕਿ ਰੀਤ ਦੇ ਨਾਮ ਦੇ ਉੱਤੇ ਆਪਣੀ ਧੁਨ, ਫਿਲਮੀ ਧੁਨ, ਗਜ਼ਲ ਦੀ ਧੁਨ ਕਦੇ ਨਾ ਕਹੋ। ਰੀਤ ਉਹ ਹੈ ਜਿਹੜੇ ਸਾਡੇ ਬਜ਼ੁਰਗ ਗਾਉਂਦੇ ਸੀ, ਔਰ ਨਿਰਧਾਰਿਤ ਰਾਗਾਂ ਦੇ ਵਿੱਚ ਗਾਉਂਦੇ ਸੀ, ਉਸੇ ਨੂੰ ਹੀ ਰੀਤ ਕਿਹਾ ਗਿਆ ਹੈ। ਇਹ ਨਹੀਂ ਕਿ ਮੇਰੀ ਮਨਮਤ ਜਿਹੜੀ ਮੇਰੀ ਜਿਹੜੀ ਬਣਾਈ ਕੰਪੋਜੀਸ਼ਨ ਹੈ ਉਸ ਨੂੰ ਮੈਂ ਕਹਾਂ ਕਿ ਮੇਰੀ ਇਹ, ਮੈਂ ਤੁਹਾਨੂੰ ਰੀਤ ਵਿੱਚ ਹੁਣ ਸੁਣਾਵਾਂਗਾ, ਯਾਨੀ ਕਿ ਲਾਈਟ ਮਿਊਜ਼ਿਕ ਸੁਣਾਵਾਂਗਾ। ਇਹ ਅੰਦਰੋਂ ਤਾਂ ਇਹ ਕਹਿ ਰਿਹਾ ਹੁੰਦਾ ਕਿ ਮੇਰੀ ਲਾਈਟ ਮਿਊਜ਼ਿਕ ਦੀ। ਸੋ ਇਹ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਇਹ ਆਪਾਂ ਧਰੋ ਨਾ ਕਮਾਈਏ, ਆਪਾਂ ਸਾਰੇ ਕੋਸ਼ਿਸ਼ ਕਰੀਏ ਕਿ ਗੁਰੂ ਦੇ ਮਤ ਅਨੁਸਾਰ ਕੀਰਤਨ ਕਰਨ ਦੀ। ਬਹੁਤ ਸਾਰੇ ਮਤ ਨੇ ਸੰਗੀਤ ਦੇ ਵਿੱਚ, ਉਹ ਸਾਡਾ ਮਤ ਹੈ ਗੁਰਮਤ, ਤਾਂ ਗੁਰਮਤ ਦੇ ਅਨੁਸਾਰ ਹੀ ਹੋ ਕੇ ਗੁਰਮਤ ਬਾਜੈ ਸ਼ਬਦ ਅਨਾਹਦ ਗੁਰਮਤ ਮਨੁਆ ਗਾਵੈ। ਇੰਨੀਆਂ
ਬੇਨਤੀਆਂ ਪ੍ਰਵਾਨ ਕਰਨਾ। ਭੁੱਲਾ ਚੁੱਕਾਂ ਦੀ ਖਿਮਾ ਜੀ, ਅਸੀਸ ਦਿਓ ਰਾਗ ਰਤਨ ਗੁਰਮਤਿ ਸੰਗੀਤ ਅਕੈਡਮੀ ਦੇ ਪ੍ਰਬੰਧਕਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਇਹ ਸਨ ਅਤਿ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ।